Assalamu alaikum ji, main toda apna host Baba ji, Save Historical Places of Pakistan, Save Gurdwaras and Temples of Pakistan, Khalsa Raj Footsteps in Pakistan, Save Gurdwaras and Temples of Pakistan nu leke aaj main pahunchya hua Darbar Sahib Kartarpur. Oh itihasik jagah jide pade bagair ya dekhe bagair na te sikhi mukammal hundi hai te na hi sikh itihas mukammal hunda. Te is cheez de bare ch main head granthi veer Gobind Singh ji nu zehmat danga ki oh apne muh is cheez de bare aur history de bare ch agar dassan ge te mainu zyada khushi hovegi ji veer ji. ਅੱਜ ਬਾਬਾ ਜੀ ਤੁਸੀਂ ਜਿਸ ਜਗ੍ਹਾ 'ਤੇ ਪਹੁੰਚੋ ਜਿਸ ਅਸਥਾਨ ਦੇ ਦਰਸ਼ਨ ਕਰ ਰਹੇ ਹੋ ਇਸ ਜਗ੍ਹਾ ਦਾ ਨਾਮ ਹੈ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਹਿਸਟਰੀ ਦੇ ਮੁਤਾਬਕ ਇਤਿਹਾਸ ਦੇ ਮੁਤਾਬਕ 1521 ਦੇ ਵਿੱਚ ਪਹਿਲੀ ਪਾਤਸ਼ਾਹੀ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣਾ 52 ਸਾਲ ਦਾ ਜੀਵਨ ਗੁਜ਼ਾਰਨ ਤੋਂ ਬਾਅਦ 52 ਸਾਲ ਦੀ ਜ਼ਿੰਦਗੀ ਗੁਜ਼ਾਰਨ ਤੋਂ ਬਾਅਦ ਪਹਿਲੀ ਦਫ਼ਾ ਇਸ ਜਗ੍ਹਾ 'ਤੇ ਪਹੁੰਚੇ ਇਸ ਧਰਤੀ 'ਤੇ ਪਹੁੰਚੇ ਅਤੇ ਇੱਥੇ ਆਉਣ ਤੋਂ ਬਾਅਦ ਬਾਬਾ ਜੀ ਨੇ ਆਪਣੀ ਜ਼ਿੰਦਗੀ ਦੇ ਆਖਰੀ 18 ਸਾਲ ਇਸ ਅਸਥਾਨ 'ਤੇ ਗੁਜ਼ਾਰਨ ਦਾ ਫੈਸਲਾ ਕੀਤਾ ਇੱਥੇ ਰਹਿਣ ਦਾ ਫੈਸਲਾ ਕੀਤਾ ਜਦ ਬਾਬਾ ਜੀ ਇਸ ਜਗ੍ਹਾ 'ਤੇ ਰਹਿਣ ਲੱਗ ਪਏ ਇੱਥੇ ਆਪਣਾ ਜੀਵਨ ਬਸਰ ਕਰਨ ਲੱਗ ਪਏ ਇੱਥੇ ਆਪਣੀ ਜ਼ਿੰਦਗੀ ਗੁਜ਼ਾਰਨ ਲੱਗ ਪਏ ਅਤੇ ਬਾਬਾ ਜੀ ਨੇ ਇਸ ਜਗ੍ਹਾ ਨੂੰ ਪਹਿਚਾਣ ਦੇਣ ਵਾਸਤੇ ਇਸ ਜਗ੍ਹਾ ਨੂੰ ਕਰਤਾਰਪੁਰ ਸਾਹਿਬ ਦਾ ਨਾਮ ਦਿੱਤਾ ਕਰਤਾਰ ਦੇ ਲਫ਼ਜ਼ੀ ਮੈਨੇ ਕਰਨ ਵਾਲਾ ਜਿੱਥੇ ਉਸ ਵਾਹਿਗੁਰੂ ਦੇ ਉਸ ਰੱਬ ਦੇ ਉਸ ਮਾਲਕ ਦੇ ਉਸ ਅੱਲਾਹ ਦੇ ਬਹੁਤ ਸਾਰੇ ਨਾਮ ਨੇ ਕੋਈ ਕਾਦਰ ਕਹਿੰਦਾ ਹੈ ਕੋਈ ਕਰੀਮ ਕਹਿੰਦਾ ਹੈ ਕੋਈ ਰਹੀਮ ਕਹਿੰਦਾ ਹੈ ਕੋਈ ਖੁਦਾ ਕਹਿੰਦਾ ਹੈ ਕੋਈ ਵਾਹਿਗੁਰੂ ਕਹਿੰਦਾ ਹੈ ਜਸਟ ਲਾਈਕ ਦੈਟ ਕਰਤਾਰ ਵੀ ਉਸੇ ਹੀ ਮਾਲਕ ਨੂੰ ਕਿਹਾ ਜਾਂਦਾ ਹੈ ਔਰ ਇਸ ਜਗ੍ਹਾ 'ਤੇ ਰਹਿ ਕੇ ਬਾਬਾ ਜੀ ਨੇ ਆਪਣੇ ਚਾਹਣ ਵਾਲੀਆਂ ਸੰਗਤਾਂ ਨੂੰ ਆਪਣੇ ਲੋਕਾਂ ਨੂੰ ਆਪਣੇ ਜ਼ਾਇਰੀਨ ਨੂੰ ਜਿਸ ਦੇ ਵਿੱਚ ਹਿੰਦੂ ਵੀ ਸ਼ਾਮਿਲ ਸਨ ਮੁਸਲਮਾਨ ਵੀ ਸਨ ਅਤੇ ਸਿੱਖਾਂ ਦੇ ਉਹ ਗੁਰੂ ਸਨ ਸਿੱਖਾਂ ਦੇ ਉਹ ਬਾਨੀ ਸਨ 3 ਸਾਂਝੇ ਔਡਰ ਦਿੱਤੇ 3 ਮੁਸ਼ਤਰਕਾ ਔਡਰ ਦਿੱਤੇ ਹੁਕਮ ਕੀਤੇ ਸਭ ਤੋਂ ਪਹਿਲਾਂ ਨਾਮ ਜਪੋ ਫਿਰ ਕਿਰਤ ਕਰੋ ਅਤੇ ਫਿਰ ਵੰਡ ਛਕੋ ਤੋ ਤਿੰਨੇ ਹੀ ਔਡਰ ਨਾਮ ਜਪੋ ਮਤਲਬ ਉਸ ਰੱਬ ਦੀ ਉਸ ਮਾਲਕ ਦੀ ਬੰਦਗੀ ਕਰੋ ਕਿਰਤ ਕਰੋ ਮਤਲਬ ਕਿ ਆਪਣੇ ਦੋਵਾਂ ਹੱਥਾਂ ਦੀ 10 ਲੱਖਾਂ ਦੀ ਹਲਾਲ ਕਮਾਈ ਕਰਕੇ ਖਾਓ ਵੰਡ ਛਕੋ ਮਤਲਬ ਕਿ ਰਲ ਮਿਲ ਕੇ ਖਾਓ ਗੋਰੇ ਕਾਲੇ ਦੀ ਅਮੀਰ ਕਰਦੀ ਗਰੀਬ ਦੀ ਤਮੀਜ਼ ਨੂੰ ਖਤਮ ਕਰਕੇ ਰਲ ਮਿਲ ਕੇ ਜੋ ਤੁਸੀਂ ਹਲਾਲ ਕਮਾਈ ਕੀਤੀ ਹੋਈ ਰਲ ਮਿਲ ਕੇ ਡਿਵਾਈਡ ਕਰਕੇ ਖਾਓ ਉਸਨੂੰ ਤਕਸੀਮ ਕਰਕੇ ਖਾਓ ਤਾਂ ਤਿੰਨੇ ਹੀ ਔਡਰ ਬਾਬਾ ਜੀ ਨੇ ਪ੍ਰੈਕਟੀਕਲੀ ਇਸ ਅਸਥਾਨ 'ਤੇ ਲੋਕਾਂ ਨੂੰ ਸੰਗਤਾਂ ਨੂੰ ਕਰਕੇ ਵੀ ਦਿਖਾਇਆ 22 ਸਤੰਬਰ 1537 ਇਸੇ ਅਸਥਾਨ 'ਤੇ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੋਤੀ ਜੋਤ ਸਮਾਏ ਦੁਨੀਆ ਤੋਂ ਰੁਖਸਤ ਹੋਏ ਪਰਦਾ ਪੋਸ਼ ਹੋਏ ਹੱਕ ਹੋਏ ਅਤੇ ਉਹਨਾਂ ਦੇ ਜੋਤੀ ਜੋਤ ਸਮਾਉਣ ਦੇ ਸਮੇਂ ਦੁਨੀਆ ਤੋਂ ਰੁਖਸਤ ਹੋਣ ਦੇ ਸਮੇਂ ਇਸ ਅਸਥਾਨ 'ਤੇ ਮੁਸਲਿਮ ਵੀਰਾਂ ਦਾ ਅਤੇ ਸਿੱਖ ਸੰਗਤਾਂ ਦਾ ਝਗੜਾ ਸ਼ੁਰੂ ਹੋ ਗਿਆ ਮੁਸਲਿਮ ਵੀਰ ਕਹਿਣ ਲੱਗੇ ਕਿ ਬਾਬਾ ਜੀ ਤਾਂ ਸਾਡੇ ਮੁਸਲਮਾਨ ਬਜ਼ੁਰਗ ਸਨ ਸਾਡੇ ਪੀਰ ਸਨ ਸਾਡੇ ਵਲੀ ਸਨ ਸਾਡੇ ਅਵਤਾਰ ਸਨ ਇਹਨਾਂ ਅਸੀਂ ਇਹਨਾਂ ਨੂੰ ਆਪਣੇ ਧਰਮ ਦੇ ਮੁਤਾਬਕ ਦਫਨਾਵਾਂਗੇ ਦੂਸਰੇ ਪਾਸੋਂ ਸਿੱਖਾਂ ਦਾ ਕਹਿਣਾ ਸੀ ਕਿ ਗੁਰੂ ਸਾਹਿਬ ਸਾਡੇ ਗੁਰੂ ਨੇ ਸਾਡੇ ਧਰਮ ਦੇ ਬਾਨੀ ਨੇ ਅਸੀਂ ਇਹਨਾਂ ਨੂੰ ਸੰਸਕਾਰ ਕਰਾਂਗੇ ਸਪੁਰਦੇ ਆਤਿਸ਼ ਕਰਾਂਗੇ ਇਸੇ ਗੱਲ ਤੋਂ ਝਗੜਾ ਚੱਲਦਾ ਪਿਆ ਸੀ ਜਦ ਬਾਬਾ ਜੀ ਨੂੰ ਦੇਖਣ ਵਾਸਤੇ ਉਹਨਾਂ ਤੋਂ ਫੈਸਲੇ ਦੀ ਬਖਸ਼ਿਸ਼ ਲੈਣ ਵਾਸਤੇ ਚਾਦਰ ਉਠਾਈ ਤਾਂ ਚਾਦਰ ਥੱਲੇ ਬਾਬਾ ਜੀ ਨਹੀਂ ਸਨ ਫੁੱਲ ਪਏ ਹੋਏ ਸਨ ਲੜਨ ਵਾਲੇ ਸੰਗਤਾਂ ਜ਼ਾਇਰੀਨ ਹੈਰਾਨ ਹੋ ਗਏ ਤਾਂ ਫਿਰ ਉਸ ਚਾਦਰ ਨੂੰ ਔਰ ਉਹਨਾਂ ਫੁੱਲਾਂ ਨੂੰ ਦੋ ਬਰਾਬਰੀ ਸੇ ਡਿਵਾਈਡ ਕੀਤਾ ਗਿਆ ਜੋ ਮੁਸਲਿਮ ਵੀਰਾਂ ਨੂੰ ਮਿਲਿਆ ਉਹਨਾਂ ਨੇ ਆਪਣੇ ਧਰਮ ਦੇ ਮੁਤਾਬਕ ਆਪਣੇ ਮਜ਼ਹਬ ਦੇ ਮੁਤਾਬਕ ਦਫਨਾ ਕੇ ਗੁਰੂ ਸਾਹਿਬ ਜੀ ਦੀ ਮਜ਼ਾਰ ਬਣਾ ਦਿੱਤੀ ਦਰਗਾਹ ਬਣਾ ਦਿੱਤੀ ਜੋ ਸਿੱਖਾਂ ਨੂੰ ਮਿਲੇ ਉਹਨਾਂ ਨੇ ਸੰਸਕਾਰ ਕਰਕੇ ਸਪੁਰਦ ਆਤਿਸ਼ ਕਰਕੇ ਬਾਬੇ ਦੀ ਸਮਾਧੀ ਬਣਾ ਦਿੱਤੀ ਅੱਜ ਤੁਸੀਂ ਉਹ ਦੋਨੋਂ ਸਥਾਨ ਇੱਥੇ ਦਰਸ਼ਨ ਕਰੋਗੇ ਬਾਹਰ ਜਿਹੜੀ ਜਗ੍ਹਾ ਬਣੀ ਹੋਈ ਹੈ ਗੁਰੂ ਸਾਹਿਬ ਜੀ ਦੀ ਕਬਰ ਹੈ ਮਜ਼ਾਰ ਹੈ ਦਰਗਾਹ ਹੈ ਜਿੱਥੇ ਕਿ ਮੁਸਲਿਮ ਵੀਰਾਂ ਨੇ ਬਾਬੇ ਦੀ ਚਾਦਰ ਦਫਨਾਈ ਹੋਈ ਹੈ ਅਤੇ ਅੰਦਰ ਬਾਬੇ ਦੀ ਸਮਾਧੀ ਹੈ ਜਿੱਥੇ ਬਾਬੇ ਦੀ ਚਾਦਰ ਸੰਸਕਾਰ ਕੀਤੀ ਗਈ ਤਾਂ ਇਹ ਗੁਰੂ ਘਰ ਦੇ ਇਤਿਹਾਸ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵੀਰ ਜੀ ਇਹ ਜਿਹੜੀ ਸੇਵਾ ਹੈ ਇਸ ਗੁਰੂ ਘਰ ਦੀ ਮਹਾਰਾਜਾ ਇਹ ਜਿਹੜੀ ਤੁਸੀਂ ਬਿਲਡਿੰਗ ਦੇਖ ਰਹੇ ਹੋ ਬਿਲਡਿੰਗ 1920 ਦੀ ਬਣੀ ਹੋਈ ਹੈ ਜਿਹੜੀ ਕਿ ਬਪਿੰਦਰ ਸਿੰਘ ਮਹਿੰਦਰ ਬਹਾਦਰ ਮਹਾਰਾਜਾ ਪਟਿਆਲਾ ਸਨ ਕੈਪਟਨ ਅਮਰਿੰਦਰ ਸਿੰਘ ਦੇ ਦਾਦਾ ਜੀ ਉਹਨਾਂ ਨੇ 1920 ਦੀ ਸੇਵਾ ਕਰਾਈ ਸੀ ਜੀ ਸਹੀ ਜੀ ਅਤੇ ਵੀਰ ਜੀ ਉਸ ਤੋਂ ਬਾਅਦ ਜਦੋਂ ਇਹ ਕਿਉਂਕਿ ਮੇਰਾ ਬਚਪਨ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਸੀ ਕਿ ਇੱਥੇ ਹੀ ਸਾਰਾ ਗੁਜ਼ਾਰਦੇ ਹਾਂ ਜੀ ਅਤੇ ਜਦੋਂ ਵੀ ਇੱਥੋਂ ਲੰਘਦੇ ਸੀ ਅਤੇ ਉਸ ਵੇਲੇ ਤਾਂ ਬਹੁਤ ਉੱਚੇ ਉੱਚੇ ਜਾਮਣਾਂ ਦੇ ਦਰਖਤ ਔਰ ਅੰਬਾਂ ਦੇ ਦਰਖਤ ਇੱਥੇ ਹੁੰਦੇ ਹੁੰਦੇ ਸਨ ਅਤੇ ਕਦੀ ਕਦਾਈ ਉਹਦੀ ਵਜ੍ਹਾ ਬਾਬਾ ਜੀ ਸੀ ਕਿ ਆਫਟਰ ਪਾਰਟੀਸ਼ਨ 47 ਤੋਂ ਬਾਅਦ ਸਨ 2000 ਤੱਕ 53 ਸਾਲ ਇੱਕ ਗੁਰੂ ਘਰ ਬੰਦ ਰਿਹਾ ਇੱਥੇ ਕੋਈ ਸੇਵਾ ਨਹੀਂ ਸੀ ਹੁੰਦੀ ਇੱਥੇ ਕੋਈ ਸੇਵਾਦਾਰ ਨਹੀਂ ਸੀ ਕੋਈ ਕੇਅਰ ਟੇਕਰ ਨਹੀਂ ਸੀ ਕੋਈ ਲੁੱਕ ਆਫਟਰ ਕਰਨ ਵਾਲਾ ਨਹੀਂ ਸੀ ਅਤੇ ਉਸ ਕਰਕੇ ਬੇਲਾ ਬਣਿਆ ਹੋਇਆ ਸੀ ਜੰਗਲ ਬਣਿਆ ਸੀ ਜੀ ਲੇਕਿਨ ਜਦੋਂ ਸਨ 2000 ਗੌਰਮੈਂਟ ਆਫ ਪਾਕਿਸਤਾਨ ਨੇ ਇਸ ਗੁਰਦੁਆਰੇ ਨੂੰ ਖੋਲ੍ਹਣ ਦੀ ਇਜਾਜ਼ਤ ਦਿੱਤੀ ਇੱਥੇ ਸੇਵਾ ਕਰਨ ਦੀ ਇਜਾਜ਼ਤ ਦਿੱਤੀ ਅਤੇ ਹੁਣ ਜੋ ਕੁਛ ਵੀ ਤੁਸੀਂ ਦੇਖਿਆ 16 ਸਾਲਾਂ 'ਚ ਹੋਇਆ ਅਤੇ ਇਸ ਕਰਕੇ ਹੁਣ ਜਿੱਥੇ ਦਰਖਤ ਦੀ ਜ਼ਰੂਰਤ ਹੈ ਸੀ ਉੱਥੇ ਹੁਣ ਪਲਾਂਟੇਸ਼ਨ ਹੋਈ ਹੈ ਅਥਵਾ ਫਾਲਤੂ ਬਿਲਕੁਲ ਉਹ ਦੂਸਰਾ ਹੈ ਕਿ ਵੀ ਗੁਰਦੁਆਰੇ ਦਾ ਵਿਊ ਇੰਨਾ ਖੂਬਸੂਰਤ ਹੈ ਬਿਲਕੁਲ ਤਾਜ ਮਹਿਲ ਦੀ ਤਰ੍ਹਾਂ ਹੈ ਦੂਰੋਂ ਕਿਲੋਮੀਟਰਾਂ ਤੋਂ ਅਗਰ ਤੁਸੀਂ ਖੜ੍ਹੇ ਹੋ ਕੇ ਵੇਖੋ ਤਾਂ 2.5 ਤੋਂ 3 ਕਿਲੋਮੀਟਰ ਦੂਰ ਵੀ ਅਗਰ ਚਲੇ ਜਾਓ ਤਾਂ ਇਹਦੇ ਰਸਤੇ ਦੇ ਵਿੱਚ ਚਾਰੋਂ ਪਾਸੇ ਕੋਈ ਐਡਾ ਵੱਡਾ ਦਰਖਤ ਕੋਈ ਐਸੀ ਚੀਜ਼ ਨਹੀਂ ਬਿਲਡਿੰਗ ਦੀ ਖੂਬਸੂਰਤੀ ਹੈ ਵੇ ਕਿ ਤੁਸੀਂ ਇਸ ਨੂੰ ਚਾਰੋਂ ਪਾਸੇ ਜਿਹੜੇ ਪਾਸੇ ਵੀ ਦੇਖੋਗੇ ਹਰ ਐਂਗਲ ਤੋਂ ਤੁਹਾਨੂੰ ਇੱਕ ਹੀ ਤਰ੍ਹਾਂ ਨਜ਼ਰ ਆਏ ਇਹੀ ਇਹਦਾ ਵਿਊ ਹੈ ਕਿ ਇਹ 4 ਕਹਿੰਦੇ ਨੇ
ਸਭ ਤੋਂ ਵੱਡੀ ਜਿਹੜੀ ਹੁਣ ਬਸ ਬੰਦ ਕਰ ਲਓ ਜਿਹੜੀ ਸਭ ਤੋਂ ਵੱਡੀ ਇਸਦੀ ਖੂਬਸੂਰਤੀ ਹੈ ਨਾ ਜੀ ਮੈਂ ਹਾਂ ਤੁਹਾਡਾ ਆਪਣਾ ਹੋਸਟ ਬਾਬਾ ਜੀ ਔਰ ਤੁਸੀਂ ਸੁਣ ਰਹੇ ਸੀ ਵੀਰ ਗੋਬਿੰਦ ਸਿੰਘ ਜੀ ਕੋਲੋਂ ਇਤਿਹਾਸ ਸੁਣ ਰਹੇ ਸੀ ਦਰਬਾਰ ਸਾਹਿਬ ਕਰਤਾਰਪੁਰ ਦੇ ਬਾਰੇ ਕਿ ਜਿੱਥੇ ਬਾਬਾ ਗੁਰੂ ਨਾਨਕ ਸਾਹਿਬ ਖਾਲਕੇ ਹਕੀਕੀ ਨੂੰ ਜਾ ਮਿਲੇ ਜੋਤੀ ਜੋਤ ਸਮਾਏ ਔਰ ਉਹਨਾਂ ਨੇ ਆਪਣੇ ਪਿੱਛੇ ਜੋ ਛੱਡਿਆ ਉਹ ਤੁਸੀਂ ਅੱਜ ਵੀ ਦੇਖੋ ਇਹਨਾਂ ਨੇ ਤਿੰਨ ਜਿਹੜੇ ਉਹਨਾਂ ਦੇ ਅਹਕਾਮਾਤ ਸਨ ਉਹਨਾਂ ਦੇ ਬਾਰੇ ਕਿਹਾ ਗਿਆ ਜਿਹੜੇ ਇਹ ਉਹੀ ਅਹਕਾਮਾਤ ਨੇ ਹੋਲੀ ਪ੍ਰੋਫਿਟ ਪੀਸ ਬੀ ਅਪੋਨ ਹਿਮ ਵੀ ਉਹੀ ਕਹਿ ਰਹੇ ਨੇ ਬਾਬਾ ਜੀ ਨੇ ਵੀ ਉਹੀ ਅਹਕਾਮਾਤ ਕਹੇ ਨੇ ਕਿ ਆਪਣੇ ਹੱਥ ਦੀ ਕਰਕੇ ਖਾਓ ਵੰਡ ਕੇ ਖਾਓ ਔਰ ਅੱਲਾ ਦੀ ਇਬਾਦਤ ਕਰੋ ਫਿਰ ਮਿਲਾਂਗਾ ਕਿਸੇ ਹੋਰ ਤਾਰੀਖੀ ਜਗ੍ਹਾ ਦੇ ਨਾਲ